ਯੋ ਆਕਾਸ਼ਵਣੀ ਜੰਮੂ ਹੈ ਅਬਦੁਲ ਮਜੀਦ ਤੇ ਖਬਰ ਸੁਣੋ ਲੈਫਟੀਨੈਂਟ ਗਵਰਨਰ ਮੋਨੇ ਸ੍ਰੀਨਾ ਨੇ ਜ਼ੋਰ ਦੇ ਗਏ ਕਿ ਉਹ ਚੀ ਯੂਟੀ ਸਰਕਾਰ ਨੇ ਮੇਲ ਮਲਾਪ ਨਾਲ ਕਿਸੇ ਖਾਸ ਤਬਕਾ ਨਾ ਫਾਇਦਾ ਪਹੁੰਚਾਉਣ ਵਾਲੀ ਪਾਲਿਸੀ ਖਤਮ ਕਰ ਦਿੱਤੀ ਹੈ ਤੇ ਜੰਮੂ ਕਸ਼ਮੀਰ ਇੰਤਜ਼ਾਮੀਆ ਕੋ ਮਿਸ਼ਨ ਹਰ ਤਬਕਾ ਦਾ ਲੋਕਾਂ ਦੀ ਬਰੋਬਰੀ ਨਾਲ ਬਾਖਤਿਆਰ ਬਣਾਉਣੋਏ तो हूँ तरक्की बाधा गुफायो मजहब जात बिरादरी की बुनियाद पर नहीं दीतो तो बल्के तरकी बाधा गुफायों हर तबका लोकों ना पाया जा रहा है एल जी ने गुज्तर रोज़ श्रीनगर मां अकलीयत बारे भारतीय फाउंडेशन इंडियन माइनारिटीज़ फाउंडेशन की तरफों मुनदा सद्भावना तकरीब बोलिया था उन्होंने क्यों जी सकार गो इक्का मजहब है वो है भारत पहल इको मुतवरक किताब है वह है आइन रसम है वह है सारा की पढ़ाई बेहतरी ਜੈਸੋ ਕੇ ਵਜ਼ੀਰ ਆਜ਼ਮ ਨੇ ਸਭ ਕਾ ਸਾਥ ਸਭ ਕਾ ਵਿਕਾਸ ਕੋ ਤਸਵਰ ਦਿੱਤ ਹੋਏ ਸਾਬਕਾ ਸਰਕਾਰ ਨਾਲ ਨਿਸ਼ਾਨੂ ਬਣਾਤਾ ਮਾ ਐਲਜੀ ਨੇ ਕਿ ਹੋ ਜੇ ਕਈ دہਾਈਆਂ ਤੱਕ ਕੁਝ ਮੌਕਾ ਪ੍ਰਸਤਾਨ ਹੈ ਅਕਲੀਅਤਾਂ ਦਾ ਵੋਟ ਬੈਂਕ ਦੇ ਤੌਰ ਪਰ ਇਸਤੇਮਾਲ ਕਿਓ ਐਲਜੀ ਨੇ ਹਰ ਤਰਫ ਕਾ ਨ ਬੁਰਬਰੀ ਗਾ ਝੂਟੀ ਸਰਕਾਰ ਗਾ ਅਜ਼ਮਨਾ ਦੋਰਾਤਾ ਮਾ ਕਿਓ ਜੇ ਸਮਾਜ ਕਾ ਹਰ ਤਰਫ ਕਾ ਨ ਉਨ ਅਨਾਸਰ ਕੀ شناخت ਕਰਨੀ ਵੇਗੀ ਜਿਹੜਾ ਅਮਨ ਤੇ ਖੁਸ਼ਹਾਲੀ ਵਾਸਤੇ ਖਤਰਾ ਹੋਏ ਐ ਐਲਜੀ ਨੇ ਭਾਰਤੀ ਅਕਲੀਅਤਾਂ ਬਾਰੇ ਫਾਊਂਡੇਸ਼ਨ ਕੀ ਅਕਲੀਅਤਾਂ ਨਾ ਬਾਖਤਿਆਰ ਬਨਣ ਵਾਸਤੇ ਤਾਰੀਫ ਕੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਅੱਜ 11 ਵਜੇ ਮਨ ਕੀ ਬਾਤ ਪ੍ਰੋਗਰਾਮ ਮਾ ਮੁਲਕ ਕਾ ਲੋਕਾਂ ਸੰਗ ਆਪਣਾ ਖਿਆਲਤ ਸਾਂਝਾ ਕਰੇਗਾ ਇਸ ਮਹਨਾ ਰੇਡੀਓ ਪ੍ਰੋਗਰਾਮ ਦੀ ਜਾ 106ਵੀਂ ਨਿਸ਼ਚਿਤ ਵੇਗੀ ਜੋ ਪ੍ਰੋਗਰਾਮ ਆਕਾਸ਼ਵਾਣੀ ਤੇ ਦੂਰਦਰਸ਼ਨ ਦਾ तमाम ਨੈਟਵਰਕਾਂ ਆਕਾਸ਼ਵਾਣੀ ਵੈਬਸਾਈਟ ਤੇ ਨਿਊਜ਼ ਆਨ ਏਅਰ ਮੋਬਾਈਲ ਐਪ ਉੱਤੇ ਨਸ਼ਰ ਕੀਓ ਜੇਗੋ ਇਤਲਾਤ ਨਸ਼ਰੀਆਤ ਮਹਿਕਮਾ ਪੀ ਐਮਓ ਡੀਡੀ ਨਿਊਜ਼ ਤੇ ਆਕਾਸ਼ਵਾਨੀ ਦਾ YouTube ਚੈਨਲਾਂ ਵਰਵੀ ਜੋ ਪ੍ਰੋਗਰਾਮ ਬਰਾਇਰਾਸਤ ਨਸ਼ਰ ਕੀਓ ਜੇਗੋ ਹਿੰਦੀ ਮੈਂ ਇਸ ਪ੍ਰੋਗਰਾਮ ਦੀ ਨਸ਼ਰੀਆਤ ਦੇ ਫੌਰਨ ਬਾਅਦ ਆਕਾਸ਼ਵਾਨੀ ਇਸ ਪ੍ਰੋਗਰਾਮ ਦਾ ਅਲਾਕਈ ਜ਼ੁਬਾਨਾਂ ਮੈਂ ਨਸ਼ਰ ਕਰੇਗੀ ਨੈਸ਼ਨਲ ਕਾਨਫਰੰਸ ਦਾ ਸਰਬਰਾਹ ਤੇ ਸਾਬਕ ਵਜ਼ੀਰ ਆਲਾ ਡਾਕਟਰ ਫਾਰੂਕ ਅਬਦੁੱਲਾ ਨੇ ਕਿਹਾ ਹੈ ਜੇ ਅਗਰ ਪਾਕਿਸਤਾਨ ਨਾ ਆਪਣਾ ਮੁਲਕ ਬਚਾਣਾ ਹੈ ਤਾਂ ਉਸ ਨਾਲ ਭਾਰਤ ਨਾਲ ਦੋਸਤਾਨਾ ਤਾਲੁਕਾਤ ਕਾਇਮ ਕਰਨਾ ਵੇਗਾ ਗਵਾਂਡੀ ਮੁਲਕਾਂ ਨਾਲ ਗੱਲਬਾਤ ਕੀ ਵਕਾਲਤ ਕਰਤਾ ਮਾਂ ਨੈਸ਼ਨਲ ਕਾਨਫਰੰਸ ਸਦਰ ਨੇ ਕਿਹਾ ਜੇ ਮਰਕਜ਼ੀ ਸਰਕਾਰ ਨਾਲ ਪਾਕਿਸਤਾਨ ਨਾਲ ਬਿਹਤਰ ਤਾਲੁਕ ਕਾਇਮ ਕਰਨਾ ਚਾਹੀਏ ਕਿਉਂਕਿ ਭਾਰਤ ਨਾਲ ਤਰੱਕੀ ਯਾਫਤਾ ਮੁਲਕ ਬਣਨ ਦਾ ਸਿਲਸਿਲਾ ਮਾਇਓ ਅਹਿਮ ਹੈ ਮਹਾਰਾਸ਼ਟਰ ਕਾ ਮੁੰਬਈ ਮਾ ਇੱਕ ਤਕਰੀਬ ਕੇ ਦੌਰਾਨ ਬੋਲਤਾ ਮਾ ਫਾਰੂਕ ਅਬਦੁੱਲਾ ਨੇ ਕਿ ਉਹ ਜੇ ਕਸ਼ਮੀਰ ਗਾ ਹਾਲਾਤ ਤਦ ਬਦਲੇਗਾ ਜਦ ਮਾਜ਼ੀ ਕੀ ਤਰ੍ਹਾਂ ਫਿਰ ਇੱਕ ਵਾਰੀ ਹਿੰਦੂ ਮੁਸਲਮ ਤੇ ਸਿੱਖ ਪਾਈ ਪਾਈ ਬਣ ਗਏ ਰਹੇਗਾ सूबाई कमिशनर जमू रामेश कुमार आई जी पी जमू ज़ोन आनंद जैन न गुज़श्त रोज़ सरहद पर वाक़िया उन ग्राहं जो दौर लायो जा पाकिस्तान जी तरफ़ो गोलीबारी नाल मुसर हुआ ऐं उन्हनि गोलीबारी नाल जाइदाद खां नुक़सान जाइज़ो लियो सूबाई कमिशनर ते आई जी पी न बुला चक ग्रह मां मुतास कुंभा अफराध नाल मुक़ ਕੀ ਨਾਲੇ ਗੋਲਾਬਾਰੀ ਦੀ ਵਜ੍ਹਾ ਨਾਲ ਨੁਕਸਾਨ ਗੋਜਾਇਜ਼ੋ ਲੇਟਾ ਮਾ ਉਤਕਾ ਪਚਾਇਤੀ ਰਾਜ ਈਦਾਰਾ ਕਾ ਮੈਂਬਰਾਂ ਤੇ ਸਰਹੱਦੀ ਗ੍ਰਾਮ ਬੁਲਾਚੱਕ ਤੇ ਤਰੀਵਾਗਾ ਪਸ਼ੰਦਾ ਨਾਲ ਵੀ ਗੱਲਬਾਤ ਕੀਤੀ ਸੁਪਾਈ ਕਮਿਸ਼ਨਰ ਜੰਮੂ ਨੇ ਡੀਸੀ ਜੰਮੂ ਨਾ ਹਦਾਇਤ ਜਾਰੀ ਕੀਤੀ ਜੇ ਵੇ ਗੋਲਾਬਾਰੀ ਦੇ ਦੌਰਾਨ ਹੋਇਆ ਨੁਕਸਾਨ ਦਾ ਜਾਇਜ਼ਾ ਕੇ ਮੁਤਾਬਕ متاثرਾ ਲੋਕਾਂ ਨਾ ਈਮਦਾਦ ਮਹయ్యా ਕਰੇ ਤੇ ਉਨ੍ਹਾਂ ਨੇ ਲੋਕਾਂ ਨਾ ਯਕੀਨ ਦਿੱਤੋ ਜੇ ਸਰਕਾਰ ਸਰਹੱਦ ਵਰ ਰਹਿਣਾ ਵਾਲਾ ਲੋਕਾਂ ਨਾ ਹਰ ਮਮਕਨਾਂ इमदाद इमद दे वादागी पाबंद है मरकज़ की सरपरस्ती समग्र शिक्षा स्कीम के तहत तो वजारत बुराई तलीम ने जम्मू कश्मीर ड्यूटी का एक हज़ार से ज़्यादा सरकारी स्कूलों सफाई सुथराई बारे सेनेटरी पैड वेंडिंग से कूड़ा करकट वे इंसिनेटर मशीन नसब कर मंजूरी दे दी दे है आकाशवाणी जमु नामानिगार ने खबर तोरी है ज ਨਾਮ ਨਸਬ ਕਰਨ ਕੋ ਕਮ ਤੋਲਾਈ 1010005 ਸਕੂਲਾਂ ਮੇ ਸ਼ੁਰੂ ਕੀਓ ਜੇ ਕੋ ਜਨਮ 74 ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਤੇ 951 ਹਾਈਟ ਹਾਈ ਸਕੂਲ ਸ਼ਾਮਲੇ ਆਉਣ ਵਾਲਾ ਸਰਦੀਆਂ ਦਾ ਮੌਸਮ ਗੇ ਪੇਸ਼ ਨਜ਼ਰ ਜ਼ਿਲ੍ਹਾ ਇੰਤਜ਼ਾਮੀਆ ਕਿਸ਼ਤਵਾੜ ਨੇ ਜ਼ਰੂਰੀ ਦਵਾਈਆਂ ਤੇ ਸਰਦੀ ਤੇ ਬਚਾਓ ਵਾਸਤੇ ਗਰਮੀ ਪੈਦਾ ਕਰਨ ਵਾਲਾ ਹਾਲਾਤ ਮਾੜਵਾ ਤੇ ਵਾਰਡ 1 ਜ਼ੋਨ ਵਾਸਤੇ ਭੇਜ ਦਿੱਤਾ ਹੈ ਕਿਸ਼ਤਵਾੜ ਤੇ ਆਕਾਸ਼ਵਾਨੀ ਦਾ ਨਾਮ ਨਿਗਾਰ ਨੇ ਖਬਰ ਟੂਰੀ ਹੈ ਜੀ ਇਸ ਖੇਪ ਦਾ ਟੋਰਨ ਨਾਲ ਮੜਵਾ ਤੇ ਵਾੜਵਨ ਦਾ ਤਕਰੀਬਨ 26000 ਬਾਸ਼ਿੰਦਾ ਨਾ ਫਾਇਦ ਹੋਵੇਗਾ ਗਰਮੀ ਪੈਦਾ ਕਰਨ ਵਾਲਾ ਹਾਲਾਤ ਸੀਐਚਸੀ ਮੜਵਾ ਪੀਐਚਸੀ ਅਫਤੀ ਤੇ ਐਨ ਟੀ ਪੀ ਐਚ ਸੀ ਇਨਸ਼ਾਨ ਵਾਸਤੇ ਟੋਰਿਆ ਗਿਆ ਹੈ ਮਰਦਾਂ ਦਾ ਕ੍ਰਿਕਟ ਆਲਮੀ ਕੱਪ ਮਾ ਉੱਤਰ ਪ੍ਰਦੇਸ਼ ਦਾ ਲਖਨਊ ਮਾ ਵਾਕਿਆ ਇਕਾਨਾ ਸਟੇਡੀਅਮ ਮਾ ਅੱਜ ਦੁਪਹਿਰ ਬਾਅਦ 2 ਵਜੇ ਭਾਰਤ ਤੇ ਇੰਗਲੈਂਡ ਵਿਚਕਾਰ ਕ੍ਰਿਕਟ ਮੁਕਾਬਲਾ ਸ਼ੁਰੂ ਹੋਏਗਾ ਗੁਜੇਸ਼ਤਾਰੂਜ਼ ਆਲਮੀ ਕੱਪ ਦਾ ਦੋ ਕ੍ਰਿਕਟ ਮੁਕਾਬਲਾ ਵਿੱਚੋਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ ਦਰਮਸ਼ਾਲਾ ਮਾਂ ਨਿਊਜ਼ੀਲੈਂਡ ਨਾਲ 5 ਦੌੜਾਂ ਸੰਘਾਰਾ ਦਿੱਤੋ ਤੇ ਜਦਕਿ ਦੂਜੋ ਮੈਚ ਨੀਦਰਲੈਂਡ ਨੇ ਬੰਗਲਾਦੇਸ਼ ਬਿਸ਼ਕਾਰ ਕੋਲਕਾਤਾ ਮਾਂ ਖੇਡਿਓ ਗਿਓ ਤੇ ਯੋ ਮੁਕਾਬਲੋ ਨੀਦਰਲੈਂਡ ਨੇ 87 ਦੌੜਾਂ ਨਾਲ ਜਿੱਤ ਲਿਓ ਇਸ ਦੇ ਨਾਲ ਹੀ ਗੁਜ ਖਬਰਾਂ ਗੋ ਜੋ ਬੁਲੇਟਨ ਖਤਮ ਹੋਓ